ਇੱਕ 29 ਸਾਲ ਦੇ ਮੁੰਡੇ ਦੇ ਵੱਲੋਂ ਆਪਣੀ ਬੇਇੱਜ਼ਤੀ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਹੈ। ਦਰਅਸਲ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਇਸ ਮੁੰਡੇ ਦਾ ਆਪਣੇ ਦੋਸਤ ਦੇ ਘਰ ਕਾਫੀ ਆਣਾ ਜਾਣਾ ਸੀ, ਜੋ ਕਿ ਪੁਲਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ। ਠੀਕ ਉਸਦੇ ਘਰ ਜਦੋਂ ਆਣਾ ਜਾਣਾ ਸੀ ਤਾਂ ਉਸ ਦੋਸਤ ਦੀ ਆਪਣੀ ਪਤਨੀ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਸੀ ਤੇ ਉਸ ਗੱਲ ਦੇ ਵਿੱਚ ਕਿਹਾ ਜਾ ਰਿਹਾ ਕਿ ਇਹ ਮੁੰਡਾ ਵੀ ਵਿੱਚ ਪੈ ਜਾਂਦਾ ਹੈ ਅਤੇ ਗੱਲ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਜੋ ਦੋਸਤ ਦੀ ਪਤਨੀ ਹੁੰਦੀ ਹੈ ਉਸਦੇ ਵੱਲੋਂ ਜਿੱਥੇ ਆਪਣੇ ਪਤੀ ਅਤੇ ਸੱਸ ਦੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾਂਦੀ ਹੈ, ਉੱਥੇ ਆਪਣੇ ਪਤੀ ਤੇ ਇਸ ਦੋਸਤ ਦੇ ਖਿਲਾਫ ਵੀ ਸ਼ਿਕਾਇਤ ਦੇ ਦਿੱਤੀ ਜਾਂਦੀ ਹੈ ਤੇ ਪੁਲਿਸ ਦੇ ਵੱਲੋਂ ਜਦੋਂ ਇਸ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਜਿਵੇਂ ਹੀ ਇਹ ਘਰ ਜਾਂਦਾ ਮੁੰਡਾ ਤਾਂ ਘਰ ਜਾ ਕੇ ਖੁਦਕੁਸ਼ੀ ਵਰਗਾ ਕਦਮ ਚੁੱਕ ਲੈਂਦਾ ਹੈ। ਤਾਂ ਖਬਰ ਜਲੰਧਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ 29 ਸਾਲ ਦੇ ਨੌਜਵਾਨ ਦੇ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ। ਤਾਂ ਦੱਸ ਦਈਏ ਕਿ ਦੋਸਤ ਦੀ ਪਤਨੀ ਦੇ ਵੱਲੋਂ ਇਸ ਦੇ ਖਿਲਾਫ ਵੀ ਸ਼ਿਕਾਇਤ ਦਿੱਤੀ ਗਈ ਸੀ, ਜਿਸ ਤੋਂ ਇਹ ਨੌਜਵਾਨ ਕਾਫੀ ਜ਼ਿਆਦਾ ਦੁਖੀ ਰਹਿਣ ਲੱਗ ਗਿਆ ਤੇ ਅੱਕ ਕੇ ਇਹ ਖੌਫਨਾਕ ਕਦਮ ਚੁੱਕ ਲਿਆ। ਉੱਥੇ ਇਸ ਮੁੰਡੇ ਦੇ ਪਿਤਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਨਸਾਫ ਜੋ ਹੈ ਉਹ ਦਿੱਤਾ ਜਾਵੇ, ਕਿਉਂਕਿ ਉਹਨਾਂ ਦੇ ਮੁੰਡੇ ਦਾ ਕੋਈ ਵੀ ਕਸੂਰ ਨਹੀਂ ਸੀ, ਉਹ ਸਿਰਫ ਔਰ ਸਿਰਫ ਮਾਮਲੇ ਨੂੰ ਸੁਲਝਾਉਣ ਦੇ ਲਈ ਗਿਆ ਸੀ। ਪਰ ਜਿਵੇਂ ਹੀ ਥਾਣੇ ਦੇ ਵਿੱਚੋਂ ਛੁੱਟ ਕੇ ਪੁੱਛਗਿੱਛ ਤੋਂ ਬਾਅਦ ਘਰੇ ਆਉਂਦਾ ਹੈ ਤਾਂ ਆਉਂਦੇ ਸਾਰ ਹੀ ਆਪਣੇ ਕਮਰੇ ਦੇ ਵਿੱਚ ਚਲਾ ਜਾਂਦਾ ਹੈ ਤੇ ਆਪਣੇ ਕਮਰੇ ਦੇ ਵਿੱਚ ਜਾਣ ਤੋਂ ਬਾਅਦ ਉਸਦੇ ਵੱਲੋਂ ਖੁਦਕੁਸ਼ੀ ਕਰ ਲਈ ਜਾਂਦੀ ਹੈ। ਘਟਨਾ ਦਾ ਖੁਲਾਸਾ ਉਸ ਸਮੇਂ ਹੁੰਦਾ ਹੈ ਜਦੋਂ ਇਸ ਨੌਜਵਾਨ ਦੀ ਮਾਤਾ ਜੋ ਹੈ ਇਸ ਨੂੰ ਬੁਲਾਉਂਦੀ ਹੈ ਪਰ ਇਹ ਅੰਦਰੋਂ ਨਹੀਂ ਬੋਲਦਾ ਤੇ ਫਿਰ ਬਾਅਦ ਦੇ ਵਿੱਚ ਜਦੋਂ ਖਿੜਕੀ ਨੂੰ ਖੋਲ ਕੇ ਦੇਖਿਆ ਜਾਂਦਾ ਹੈ ਤਾਂ ਉਸਦੀ ਲਾਸ਼ ਜੋ ਹੈ ਉਹ ਲਟਕ ਰਹੀ ਹੁੰਦੀ ਹੈ। ਤੇ ਫਿਲਹਾਲ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ ਹੈ। ਹਾਲਾਂਕਿ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਜੋ ਦੋਸਤ ਦੀ ਪਤਨੀ ਦੇ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਉਹ ਇੱਕ ਝੂਠੀ ਸ਼ਿਕਾਇਤ ਸੀ, ਪਰ ਹੁਣ ਇਸ ਨੌਜਵਾਨ ਨੇ ਜੋ ਕਦਮ ਚੁੱਕਿਆ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਗੱਲ ਇੱਦਾਂ ਹੋਈ ਸੀ ਵੀ ਮੁੰਡਾ ਗਿਆ ਤੇ ਪੁਲਸਾਂ ਨੇ ਸੱਦਿਆ ਇਹਨੂੰ, ਪੁਲਸਾਂ ਨੇ ਸੱਦ ਲਿਆ ਵੀ ਮਤਲਬ ਜਿੱਦਾਂ ਪਹਿਲੇ ਦਿਨ ਲਗਾਇਆ ਸੀ ਇਹਨੂੰ ਚੱਕਰ ਚ ਲੜਾਈ ਦੇ ਝਗੜੇ ਦੀ, ਉਹ ਬਾਅਦ ਚੋਂ ਫਿਰ ਉਹ ਇਹਦੀਆਂ ਨੱਤੀ ਨੁੱਤੀਆਂ ਲਾ ਕੇ ਉਹਨਾਂ ਨੂੰ ਰੱਖ ਲਿਆ ਸੀ ਤੇ ਉਹ ਕੱਲ੍ਹ ਕਹਿੰਦੇ ਨਾਲੇ ਨੱਤੀਆਂ ਲੈ ਜਾ ਨਾਲੇ ਬਿਆਨ ਬੂਨ ਲੈਣੇ ਨੇ, ਇਹ ਬਿਆਨ ਬੂਨ ਲੈਣ ਬਾਅਦ ਸੱਦਿਆ ਸੀ ਮੁੰਡੇ ਕੁੜੀ ਵੀ ਗਈ ਸਹੀ ਇਹ ਵੀ ਗਿਆ, ਇਹਨਾਂ ਨੇ ਸੱਦ ਕੇ ਉੱਤੇ ਉਹਨਾਂ ਨੇ ਆਪਸ ਸੱਚੂ ਨੇ ਬਿਆਨ ਬੂਨ ਲਿਆ, ਬਿਆਨ ਬੂਨ ਲੈ ਕੇ ਬਾਅਦ 9-10 ਵਜੇ ਸਾਨੂੰ ਫੋਨ ਕੀਤਾ ਵੀ ਲੈ ਜਾਓ, ਚਲੋ ਅਸੀਂ ਆ ਕੇ ਗਏ ਹਾਂ ਸਪੁਰਦਾ ਤੇ ਲੈਣ ਦਾ ਤੇ ਜਾ ਕੇ ਚਲੋ ਉਦੋਂ ਅਸੀਂ ਘਰੇ ਲੈਣ ਦੇ ਘਰੇ ਆ ਕੇ ਚਲੋ ਇੰਨੇ ਵਜੇ ਨੇ ਆਹ ਕੰਮ ਕਰ ਲਿਆ। ਕੀ ਗੱਲਬਾਤ ਕੀ ਹੋਈ ਸੀ ਜੀ ਥਾਣੇ ਕਿਉਂ ਲੈ ਕੇ? ਗੱਲਬਾਤ ਹੋਈ ਸੀ ਵੀ ਕੁੜੀ ਸੀ ਸਾਡੇ ਪਿੰਡ ਦੀ ਨੌਂ, ਉਹਦੇ ਘਰ ਵਾਲਾ ਪੁਲਿਸ ਵਿੱਚ ਆ, ਉਹ ਉਹਨਾਂ ਦਾ ਆਪਸ ਵਿੱਚ ਝਗੜਾ ਸੀ ਕਿਤੇ ਇਹਨੂੰ ਵੀ ਸੱਦ ਲਿਆ, ਇਹ ਵੀ ਉੱਥੇ ਗਿਆ, ਚਲੋ ਇਹਨੇ ਡਾਊਨ ਸ਼ੂਨ ਦੇ ਚੱਕਰ ਜਾਂ ਕਿੱਦਾਂ ਹੋਈ ਪਤਾ ਨਹੀਂ ਹੋਰ ਰੱਬ ਜਾਣੇ, ਉੱਥੇ ਕੁੜੀ ਨੇ ਇਹਦਾ ਵੀ ਨਾਲ ਖਾ ਦਿੱਤਾ ਇਸ ਚੱਕਰ 'ਚ। ਠੀਕ ਹੈ, ਸੁਸਾਈਡ ਕਿੰਨੇ ਵਜੇ ਕੀਤਾ ਜੀ ਰਾਤ ਨੇ? ਸਾਢੇ 12 ਵਜੇ ਕੀਤਾ, 12-12। ਤੇ ਤੁਸੀਂ ਤੁਹਾਨੂੰ ਕਿੱਦਾਂ ਪਤਾ ਲੱਗਾ ਇਹਨੇ ਸੁਸਾਈਡ ਕਰ ਲਿਆ? ਜਦੋਂ ਇਹਨਾਂ ਨੇ ਫਿਰ ਉੱਠ ਕੇ ਦੇਖਿਆ ਇਹਦੀ ਮੰਮੀ ਨੇ ਤੁਰੀ ਫਿਰ ਫਿਰਦੀ ਨੇ ਵੇਚ ਦੇ ਤਾਂ ਬੂਹਾ ਨੇ ਖੋਲਦਾ ਔਰ ਬੋਲਿਆ ਨਹੀਂ, ਜਿਹਨੇ ਕਿ ਸਵੇਰੇ 12 ਅੱਜ ਤੜਕੇ ਦੀ ਗੱਲ ਹੈ, 12-12 ਵਜੇ ਸਵੇਰੇ ਉਹਨੇ ਫਾਇਆ ਲੈ ਲਿਆ ਤੇ ਜਿਸ 'ਤੇ ਵੀ ਉਹਦੇ ਫਾਦਰ ਦੇ ਸਟੇਟਮੈਂਟ 'ਤੇ ਅਸੀਂ ਕੇਸ ਰਜਿਸਟਰ ਕੀਤਾ ਅਤੇ ਜੋ ਉਹਨਾਂ ਨੇ ਲਿਖਵਾਇਆ ਕਹਿੰਦਾ ਤਾਂ ਕਰਕੇ ਇੱਕ ਜੋਤੀ ਨਾਮ ਦੀ ਲੇਡੀ ਸੀ ਉਹਦੇ ਖਿਲਾਫ਼ ਕੰਪਲੇਂਟ ਦਿੱਤੀ ਸੀ ਅਤੇ ਉਹ ਝੂਠੀ ਸੀਗੀ ਅਤੇ ਪਰਸੋਂ 2-3 ਦਿਨ ਪਹਿਲੇ ਦੀ ਗੱਲ ਹੈ, ਉਹ ਇੱਕ ਵਾਰ ਥਾਣੇ ਵੀ ਆਏ ਸੀਗੇ ਅਤੇ ਉਹਨਾਂ ਨੇ ਟਾਈਮ ਲਿਆ ਸੀਗਾ ਅਤੇ ਉਹਨਾਂ ਦੀ ਆਪਸ 'ਚ ਨਿਬੜੀ ਨਹੀਂ ਵੈਸੇ ਅਤੇ ਉਹ ਇੱਕ ਦੂਜੇ ਨੂੰ ਜਾਣਦੇ ਸੀਗੇ, ਜੋ ਲੇਡੀਜ਼ ਜੋਤੀ ਉਹਦੇ ਹਸਬੈਂਡ ਦੇ ਨਾਲ ਉਹਦੀ ਦੋਸਤੀ ਸੀ, ਉਹਦੇ ਘਰ ਆਉਣਾ ਜਾਣਾ ਸੀ, ਹਸਬੈਂਡ ਹੀ ਉਹਦੀ ਰੋਟੀ ਪਾਣੀ ਜੋ ਇਹਦਾ ਲੇਡੀਜ਼ ਦਾ ਹਸਬੈਂਡ ਉਹਦੀ ਰੋਟੀ ਪਾਣੀ ਵੀ ਉਹ ਮੁੰਡਾ ਕਰਦਾ ਹੁੰਦਾ ਸੀ, ਆਪਸ 'ਚ ਉਹਨਾਂ ਦਾ ਬੜਾ ਪਿਆਰ ਸੀ
ਅਤੇ ਕਿਤੇ ਦੋ ਤਿੰਨ ਦਿਨ ਪਹਿਲੇ ਇਕੱਠੇ ਘਰ ਬੈਠੇ ਸੀਗੇ, ਜਿੱਥੇ ਕੋਈ ਆਪਣਾ ਘਰ ਬੈਠ ਕੇ ਗੱਲ ਗੱਪਸ਼ਪ ਲਾ ਸੀ, ਉੱਥੇ ਜੋਤੀ ਹੋਰ ਉਹਦੀ ਜਿਹੜਾ ਜੋਤੀ ਜਿਹਦੀ ਜਿਹੜੀ ਲੇਡੀਜ਼ ਹੈਗੀ ਉਹਦੇ ਨਾਲ ਉਹਦੀ ਬਹਿਸ ਹੋ ਗਈ, ਅਤੇ ਉਹਨੇ ਫਿਰ ਕੋਈ ਇੱਥੇ ਦਰਖਾਸਤ ਦਿੱਤੀ ਸੀ 112 'ਤੇ। ਚਲੋ ਉਸ ਟਾਈਮ 'ਤੇ ਉਹਦਾ ਹਸਬੈਂਡ ਵੀ ਵਿੱਚ ਆ ਗਿਆ ਸੀਗਾ, ਉਹਨਾਂ ਨੇ ਆਪਸ 'ਚ ਆ ਕੇ ਨਹੀਂ ਕੋਈ ਉਸ ਟਾਈਮ 'ਤੇ ਕਾਰਵਾਈ ਕਰਵਾਈ, ਅਤੇ ਉਹਨਾਂ ਨੇ ਫਿਰ ਅੱਗੇ ਕੱਲ੍ਹ ਫਿਰ ਉਹ ਆਇਆ ਸੀਗਾ ਕਿਤੇ ਮੁੰਡਾ, ਉਹਦੀ ਚਾਬੀ ਸੀਗੀ ਸ਼ਾਇਦ ਇੱਥੇ ਮੋਟਰਸਾਈਕਲ ਦੀ ਆਈ, ਉਹਦੇ ਸੰਬੰਧ 'ਚ ਆਈ ਸੀ, ਉਹ ਜੋਤੀ ਵੀ ਆਈ ਸੀਗੀ ਕੱਲ੍ਹ, ਅਤੇ ਉਹਦੀ ਮਦਰ ਹੋਰ ਜੋਤੀ ਦੀ ਮਦਰ ਹੋਰ ਜਿਹੜਾ ਉਹ ਮੁੰਡਾ ਜਿਹੜੀ ਉਹ ਕੁੜੀ ਹੈ ਜੋਤੀ ਅਤੇ ਉਹ ਮੁੰਡੇ ਦੀ ਮਦਰ ਵੀ ਆਏ ਦੇ ਸੀਗੇ, ਜੋ ਆਪਸ ਬਾਹਰ ਵੈਸੇ ਉਸ ਹੋਣੇ ਥੋੜ੍ਹਾ ਜਿਹਾ। ਅਤੇ ਉਸ ਤੋਂ ਬਾਅਦ ਉਹ ਫਿਰ ਇੱਥੋਂ ਹੀ ਚਲੇ ਗਏ, ਅਤੇ ਉਸ ਤੋਂ ਬਾਅਦ ਪਤਾ ਲੱਗਾ ਕਿ ਇਹਨੇ ਇੱਦਾਂ ਦਾ ਵੀ ਜੋ ਸਵੇਰੇ ਇੱਦਾਂ ਦਾ ਕਾਰਾ ਕਰ ਲਿਆ, ਅਤੇ ਉਹਦੇ ਬਿਆਨ ਹੋ ਗਏ ਆ, ਉਹਦੀ ਸਟੇਟਮੈਂਟ ਦੇ ਜੋ ਵੀ ਉਹਨੇ ਸਟੇਟਮੈਂਟ ਲਿਖਾਈ ਉਹ 'ਤੇ ਐੱਫ ਆਈ ਰਜਿਸਟਰ ਕਰ ਲਿਆ ਸੀ। ਸਰ ਡੈਡ ਬੋਡੀ? ਡੈਡ ਬੋਡੀ ਅਸੀਂ ਸਿਵਲ ਹਸਪਤਾਲ ਨੂੰ ਉੱਧਰ ਕਬਜ਼ਾ ਪੁਲਿਸ ਲੈ ਕੇ ਅੱਗੇ ਭੇਜ ਦਿੱਤੀ। ਕਿਹੜੀ ਕਿਹੜੀ ਧਾਰਾ ਦਾ ਸਰ ਪਰਚਾ ਦਰਜ ਕੀਤਾ? ਇਹ ਤਾਂ ਹਜੇ ਐੱਫ ਆਈ ਰਜਿਸਟਰ ਹੋ ਰਹੀ ਹੈ, 10-15 ਮਿੰਟ ਲੱਗਣੇ ਆ, ਅਤੇ 300 ਨਵੀਂ ਸੈਕਸ਼ਨ ਹੈ 108 BNS ਦੇ ਵਿੱਚ ਹੀ ਰਜਿਸਟਰ ਹੋਇਆ।